ਸਹੀ ਗੱਲ ਤਾਂ ਤੁਸੀਂ ਫਿਲਮੀ ਗਾਣੇ ਜਾਂ ਦੂਜੇ ਗਾਣੇ ਫਰਮਾਉਣ ਤੇ ਨਾਗਣਾ ਕੋਈ ਸੁਧਾਰ ਵੀ ਕਰੋਗੇ? ਜਿਹੜੇ ਲੋਕ ਪੰਜਾਬ ਚ ਨਸ਼ੇ ਫਲਾਉਂਦੇ ਆ, ਕਰਪਸ਼ਨ ਆ, ਤੁਸੀਂ ਉਹਨਾਂ ਨੂੰ ਕੱਟੋ ਕਾ? ਤੁਹਾਨੂੰ ਕੀ ਦੱਸੀਏ, ਅਸੀਂ ਇੱਕ ਕੋਈ ਨਸ਼ਾ ਵੇਚਦੇ ਸੀ, ਉਹਨਾਂ ਦੇ ਜਾ ਕੇ ਡੰਗ ਮਾਰਿਆ ਸੀ ਤੇ ਆਹ 20 ਦਿਨ ਬੇਹੋਸ਼ ਰਹੇ ਆ। ਇਹੋ ਜਿਹਾ ਨਸ਼ਾ ਇੱਥੇ ਮਿਲਦਾ ਹੈ? ਹੋਰ ਇੱਥੇ ਕਿੰਨਾ ਪੰਜਾਬ ਚ ਗੰਦ ਫਲਾਵੇ, ਤੁਸੀਂ ਜਾ ਕੇ ਥੋੜਾ ਕਿਹੜਾ ਕਿਸੇ ਨੂੰ ਪਤਾ ਲੱਗਣਾ? ਤੁਸੀਂ ਦੱਸੋ, ਤੁਸੀਂ ਮੈਨੂੰ ਨਾਮ ਦੱਸ ਦਿਓ ਪਰਟੀਕੂਲਰਲੀ ਕਿਹੜੇ ਬੰਦੇ ਨੂੰ ਡੰਗਣਾ ਹੈ ਤੇ ਉਹਦੇ ਵਾਸਤੇ ਲੱਖ ਰੁਪਏ ਸਾਡੇ ਅਕਾਊਂਟ ਦੇ ਵਿੱਚ ਜਮ੍ਹਾਂ ਕਰਾ ਦਿਓ। ਅੱਜ ਕੱਲ੍ਹ ਅਸੀਂ ਫ੍ਰੀ 'ਚ ਕੰਮ ਨਹੀਂ ਕਰਦੇ, ਤੁਹਾਨੂੰ ਪਤਾ ਪੰਜਾਬ ਦੇ ਵਿੱਚ ਫ੍ਰੀ 'ਚ ਕੋਈ ਕੰਮ ਨਹੀਂ ਹੁੰਦਾ। ਅੱਛਾ, ਫਿਰ ਤੁਸੀਂ ਨਾਗਣ ਜੀ ਪੈਸੇ ਲੈ ਕੇ ਕੀ ਕਰਨੇ? ਨਾਗਾ ਨੇ ਕੀ ਪੈਸੇ ਲੈ ਕੇ ਇੱਥੇ ਹਵੇਲੀਆਂ ਪਾਉਣੀਆਂ? ਨਹੀਂ 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 ਨਹੀਂ, ਅਸੀਂ ਆਪਣਾ ਫਾਰਮ ਹਾਊਸ ਬਣਾਵਾਂਗੇ, ਸਾਰੇ ਨਾਲ ਇਕੱਠੇ ਰਵਾਂਗੇ, ਵੀਕਐਂਡ ਪਾਰਟੀ ਕਰਾਂਗੇ। ਨਾ ਅੱਗੇ ਨਹੀਂ, ਕਿਹੜਾ ਫਾਰਮ ਆ ਹੁਚੀ ਰਹਿੰਦੇ ਅੱਗੇ ਧਰਤੀ 'ਚ ਤੁਰੇ ਹੀ ਫਿਰਦੇ ਆ, ਹੁਣ ਤੁਰੇ ਫਿਰੇ ਹੋ? ਨਾ 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 ਨਾ, ਅਸੀਂ ਮਾਰਬਲ ਲਵਾਵਾਂਗੇ, ਵੱਡੀਆਂ ਇਮਾਰਤਾਂ। ਜਦੋਂ ਸਾਰੇ ਜਿਹੜੇ ਲੋਕ ਇਹਨਾਂ ਜ਼ਹਿਰ ਵੇਚਦੇ ਪਏ ਨੇ, ਜਦੋਂ ਉਹਨਾਂ ਨੇ ਇੰਨੀਆਂ ਵੱਡੀਆਂ ਕੋਠੀਆਂ ਬਣਾ ਲਈਆਂ ਤੇ ਅਸੀਂ ਜਿਹੜੀ ਜ਼ਹਿਰ ਸਪਲਾਈ ਕਰਦੇ ਹਾਂ, ਸਾਨੂੰ ਕੋਈ ਹੱਕ ਨਹੀਂ? ਹੈਂ, ਸਾਡੇ ਵਾਸਤੇ ਸ਼ੈਲਟਰ ਹੀ ਨਹੀਂ? ਤੁਸੀਂ ਮੈਨੂੰ ਇੱਕ ਗੱਲ ਦੱਸੋ, ਇੰਪੋਸੀਬਲ ਆ, ਮੈਨੂੰ ਨਹੀਂ ਲੱਗਦਾ ਇਹ ਹੋਊਗਾ। ਨਹੀਂ ਹੋਊਗਾ? ਨਹੀਂ, ਹਾਏ ਰੱਬਾ, ਆ ਤੇ ਕੁਛ ਨਹੀਂ ਹੋਗਾ, ਇਹਨਾਂ ਨੇ ਤਾਂ ਮੇਰੇ ਦਿਲ ਹੀ ਤੋੜ ਦਿੱਤਾ ਹੈ। ਖੈਰ ਕੋਈ ਗੱਲ ਨਹੀਂ, ਤੁਸੀਂ ਦੱਸੋ ਡੰਗਣਾ ਕਿਹਨੂੰ ਹੈ? ਹੁਣ ਤੁਸੀਂ ਪੰਜਾਬ 'ਚ ਰਹਿੰਦੇ ਹੋ, ਤੁਹਾਨੂੰ ਪਤਾ ਹੀ ਨਹੀਂ ਕਿੰਨੇ ਲੋਕ? ਹਾਂ, ਮੈਨੂੰ ਪਤਾ, ਮੈਨੂੰ ਪਤਾ ਹੈ, ਮੈਨੂੰ ਪਤਾ ਹੈ, ਆਪਣੀ ਦਿਲ ਦੀਆਂ ਭਾਵਨਾਵਾਂ ਨਾ ਜ਼ਾਹਿਰ ਕਰਿਓ, ਸਾਰਿਆਂ ਨੂੰ ਹੀ ਪਤਾ ਹੈ, ਪੂਰੇ ਮੁਲਕ ਨੂੰ ਹੀ ਪਤਾ ਹੈ, ਪੰਜਾਬ ਵਾਸੀਆਂ ਨੂੰ ਤਾਂ ਖਾਸ ਤੌਰ 'ਤੇ ਪਤਾ ਹੈ। ਅਸੀਂ ਤਾਂ ਨਾਗ ਵਿਚਾਰੇ ਆਪ ਬੜੇ ਪਰੇਸ਼ਾਨ ਹਾਂ, ਪਤਾ ਨਹੀਂ ਬੱਦਲ ਕਦੋਂ ਵਰਸ ਜਾਏ। ਕੁੜੀਆਂ ਨਾਲ ਬਦ ਸਲੂਕੀ ਹੁੰਦੀ ਆ ਤੇ ਤੁਹਾਨੂੰ ਪਤਾ ਹੀ ਨਹੀਂ ਨਾਗਾ ਨੂੰ? ਓਹ ਹੋ 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 ਹੋ, ਉਹ ਤਾਂ ਤੁਹਾਨੂੰ ਕੀ ਦੱਸੀਏ, ਆ ਲੋਕ ਸਾਨੂੰ ਡੰਡੇ ਮਾਰ ਮਾਰ ਪਜਾ ਦਿੰਦੇ ਨੇ।